ਖਰਾਬ ਕੀਤੇ ਸਾਰੇ, ਪਹਿਲਾਂ ਵੀ ਘਰ ਮਾਸ਼ਰੇ ਨੇ ਖਰਾਬ ਕੀਤਾ ਤੇ ਮੈਨੂੰ ਲੱਗਦਾ ਹੁਣ ਫੇਰ ਹੋ ਜਾਣਾ। ਅੱਛਾ ਉਹਨਾਂ ਵੱਲ ਤੂੰ ਲੈ ਗਈ ਸੀ ਬੜਾ ਮੂੰਹ ਚੁੱਕ ਕੇ ਸਾਰਾ ਕੁਝ? ਇਹ ਨਾ ਮੈਂ ਸਿਰਫ ਸ਼ਰਾਫਤ ਨਾਲ ਬੈਠੀ ਆ, ਕਿਤੇ ਮੈਂ ਇੱਕ ਅੱਧੇ ਨੂੰ ਭੇਜਾ ਨਾ ਤੇ ਸਮਾਨ ਨਾਲ ਮੇਰਾ ਕਿ ਉਹਨਾਂ ਦਾ ਵੀ ਚੱਕ ਲਿਆ ਉਹ। ਇੱਕ ਅੱਧਾ ਕੌਣ? ਤੁਹਾਨੂੰ ਪਤਾ ਹੀ ਆ ਮੇਰੀ ਵਾਕਫੀਅਤ ਕਿੰਨੀ, ਅੱਲਾ ਦਾ ਸ਼ੁਕਰ ਆ ਦੁਨੀਆਂ ਜਾਣਦੀ ਮੈਨੂੰ। ਰੱਖੋ ਜੇ ਤੇਰੀ ਹਾਲੇ ਤੱਕ ਵਾਕਫੀ ਹੈ ਤਾਂ ਨਹੀਂ, ਸਲਾਮ ਦਾ ਹੋਣੀ ਚਾਹੀਦੀ ਕਿ ਇੱਕ ਅੱਧੇ ਨਾਲ ਜਦੋਂ ਕੋਈ ਤੰਗ ਕਰੇ ਤੇ ਅਗਲੇ ਖੜਾ ਤੇ ਕਰੇ ਨਾ ਅੱਗੇ ਜਾ ਕੇ। ਇਹ ਵੀ ਗੱਲ ਨਹੀਂ ਤੇ ਫਿਰ ਤੂੰ ਇਦਾਂ ਕਰਨਾ, ਤੂੰ ਮੇਰਾ ਨਾ ਮੇਰਾ ਸੁਣ, ਪਤਾ ਕੀ ਕਰ, ਤੂੰ ਜਿਹੜੇ ਤੇਰੇ ਤਲਾਕ ਵਾਲੇ ਨੇ ਨਾ 40-50, ਉਹਨਾਂ ਨੇ ਕਹਿ ਰੁਪਈਆ 50-50 ਚਾਲੀ ਹਜ਼ਾਰ ਪੰਜਾਹ ਨੀ, 40-50 ਨੀ ਕਿਹਾ ਮੈਂ। ਹਾਂ ਕਿੰਨੇ? 15-20? 20-25 ਕਰ ਲਓ। ਚਲੋ ਕਿੰਨੇ? ਆਹ ਚਲੋ 20-25 ਕਰ ਲੈਂਦੇ ਹਾਂ, ਬਗੈਰ ਤੇ 20-25 ਕਰ ਲੈਂਦੇ ਹਾਂ, ਕੋਈ ਗੱਲ ਨੀ। ਉਹਦੇ 20-25 ਨਾ ਉਹਨਾਂ ਨੇ ਕਿਹਾ ਜੀ ਰੁਪਈਆ 10-10 ਹਜ਼ਾਰ ਦਿਓ, 2.5 ਲੱਖ ਬਣ ਜਾਣਾ। ਮੈਂ ਵੀ ਲੋਕਾਂ ਨੂੰ ਦੱਸਣ ਵਾਲਾ ਬਣਾ ਜੀ, ਮੇਰੀ ਬੁੱਢੀ ਦੇ ਯਾਰਾਂ ਨੇ ਦੇ ਦਿੱਤਾ। ਮੈਂ ਉਹਨਾਂ ਨੂੰ ਕਾਹਤੋਂ ਕਵਾਂ, ਉਹ ਤੇ ਆਪ ਆਸਮੰਦ ਨੇ ਕਿ ਮੇਰਾ ਉਹਨਾਂ ਨਾਲ ਵਿਆਹ ਹੋਵੇ, ਮੈਂ ਤਾਂ ਉਹਨਾਂ ਨੂੰ ਜਵਾਬ ਦੇ ਰਹੀ। ਨਹੀਂ ਉਹਨਾਂ ਨੂੰ ਕਹਿ ਦੀ ਮੈਨੂੰ ਕਿ ਜੀ ਮੇਰਾ ਹੁਣ ਕਿਤੇ ਹੋਣ ਲੱਗਾ ਤੇ ਮੇਰੀ ਕੋਈ ਮਦਦ ਕਰੋ, ਮੈਂ ਤੁਹਾਡੇ ਨਾਲ 2.5 ਸਾਲ ਫਸੀ ਰਹੀ ਹਾਂ, ਕੋਈ ਮਦਦ ਕਰੋ। ਕੁਛ ਤੇ ਦੇਣਗੇ ਨਾ, 2,000, 5,000, 7,000, 10,000, ਚਲੋ 20-25 ਆ ਸਕਦੇ। ਉਹ ਗੁੱਸੇ ਵਾਲੇ ਹੈਗੇ, ਮੈਨੂੰ ਗਾਲਾਂ ਹੀ ਦੇਣਗੇ ਕਿ ਸਾਡੇ ਨਾਲ ਲੱਗੀ ਰਹੀ। ਤੇ ਹੁਣ ਮੈਂ ਕਹਿੰਦਾ ਤੂੰ ਮੇਰੀ ਗੈਰਤ ਦਾ ਆਲਮ ਤੇ ਚੈੱਕ ਕਰਨਾ, ਮੈਂ ਕੀ ਕਹਿ ਰਿਹਾ, ਤੂੰ ਮੇਰੇ ਤੇ ਗੌਰ ਹੀ ਨਹੀਂ ਕਰ ਰਿਹਾ। ਤੁਹਾਡਾ ਤੇ ਕੋਈ ਐਂਡ ਹੀ ਨਹੀਂ ਨਾ ਹੈਗਾ। ਕੁੱਤੀਏ ਮੈਂ ਮਤਲਬ ਘਰ ਤੋਂ ਅੱਗੇ ਕੁਛ ਨੀ ਹੈਗਾ ਨਾ, ਐਂਡ ਹੋ ਤੁਸੀਂ। ਹਾਂ ਹਾਂ ਮੈਨੂੰ ਤਾਂ ਐਂਡ ਕਰਾਤਾ, ਤੂੰ ਮੇਰੀ ਤਾਂ ਮਰ ਗਈ। ਇਹ ਮਰੀ ਦੀ ਕਿਹੜੀ ਗੱਲ ਆ, ਤੁਹਾਨੂੰ ਮੈਂ ਨੀ ਲੱਭਦੀ, ਤੁਸੀਂ ਸਮਾਨ ਕੀ ਕਰਨਾ, ਸਿਰ ਚ ਮਾਰਨਾ ਸਮਾਨ ਅਸੀਂ। ਉਹ ਤੂੰ ਲੱਭ ਗਈ, ਤੂੰ ਏਡੀ ਕਿਤੇ ਅੱਲਾ ਮਾਫੀ ਮਲਕਾ ਨਿਸਬਤ ਆ ਤੂੰ ਵੀ ਤੂੰ ਲੱਭ ਗਈ ਮੈਨੂੰ, ਜੋ ਜਾਣਦਾ ਅੱਲਾ ਮਾਫੀ ਦੇਵੇ ਆ ਬਾਹਰ ਜਿਹੜੇ ਸੂਡੇ ਟੁਕਲੇ ਆ ਇਹਨਾਂ ਦੀ ਰੇੜੀ ਤੇ ਸਮਾਨ ਹੁੰਦਾ ਜਿਹੜਾ ਤੂੰ ਮੈਨੂੰ ਸੁਣਾਈ ਜਾਨੀ। ਉਹ ਭਾਈ ਇੱਥੇ ਬਰਾਤ ਆਉਣੀ ਆ, ਜ਼ਾਹਰੀ ਬਾਤ ਆ, ਤੇਰੇ ਕੋਲ ਹੁਣ ਕੋਈ ਹਾਰ ਅੰਗੂਠੀ ਕੋਈ ਪਗੇਬਾ ਕੁਛ ਹੈ? ਮੇਰੇ ਕੋਲ 2 ਅੰਗੂਠੀਆਂ ਵਾ ਜਿਹੜੀਆਂ ਇਹਨਾਂ ਨੇ ਸਾਨੂੰ ਪਾਈਆਂ ਸੀ ਨਾ, ਇੱਕ ਮੈਨੂੰ ਤੇ ਇੱਕ ਉਹਨੂੰ। ਚਲੋ ਸ਼ੁਕਰ ਆ, ਉਹ ਵੀ ਕੋਈ 1 ਲੱਖ ਰੁਪਏ ਦੀਆਂ ਦੇ ਹੋਣਗੀਆਂ ਨਾ? ਨਹੀਂ 1 ਲੱਖ ਰੁਪਏ ਦੀ ਨਹੀਂ, ਸੋਨੇ ਦਾ ਪਾਣੀ ਫਰਾਇਆ ਸੀ, ਹੁਣ ਦੁਬਾਰਾ ਪਰੋਣਾ ਨਾ ਹੋ ਗਿਆ, ਪਿੱਤਲ ਦੀਆਂ ਸੀਗੀਆਂ ਨਾ। ਲੱਖ ਲਾਣਾ ਤੇ ਕਿਤੇ ਜੂਤ ਵੀ ਫਰਵਾ ਲਾ ਕਿਸੇ ਕੋਲੋਂ, ਉੱਤੇ ਵੀ ਸੋਨੇ ਦਾ ਉਹ ਤੇਰੇ ਕੋਲ ਹੈਗਾ ਕੀ ਆ? ਮੇਰੇ ਕੋਲ ਪਿਆਰ ਆ ਮੇਰੇ ਦਿਲ ਚ ਤੁਹਾਡੇ ਲਈ। ਉਹਦੇ ਨਾਲ ਟਰੱਕ ਭਰ ਜੂਗਾ ਜਿਹੜਾ ਜੇਸ ਦਾ ਹੁੰਦਾ ਹੁੰਦਾ? ਅਗਰ ਪਿਆਰ ਦੀ ਨਿਗਾਹ ਨਾਲ ਦੇਖੋ ਨਾ ਤੇ ਕਿੰਨੇ ਟਰੱਕ ਭਰ ਜਾਂਦੇ ਪਿਆਰ। ਭਾਜੀ ਮੈਂ ਤੇ ਪਿਆਰ ਦੀ ਨਿਗਾਹ ਨਾਲ ਵੇਖ ਲੂੰਗਾ, ਹੁਣ ਉੱਥੇ ਬਰਾਤ ਦੇ 250 ਬੰਦਾ, ਮੈਂ ਸਾਰੇ ਮਰਦਾਂ ਨੂੰ ਕਵਾਂ ਕਿ ਭਾਜੀ ਮੇਰੀ ਬੁੱਢੀ ਦਾ ਪਿਆਰ ਦੇਖ ਲਓ, ਇਹਦੇ ਕੋਲ ਪਿਆਰ ਆ ਦੇਖ ਲਓ ਇਹਦੇ ਵੱਲ। ਹਰ ਤੂੰ ਤੇ ਬਗੈਰਤ ਹੀ ਸਮਝ ਲਿਆ ਮੈਨੂੰ, ਮੈਂ ਨਾ ਬੜਾ ਅੰਦਰੋਂ ਨਾ ਆਪਣੇ ਆਪ ਨੂੰ ਗਿਲਟੀ ਔਰ ਬਗੈਰਤ ਜਿਹਾ ਮਹਿਸੂਸ ਕਰ ਰਿਹਾ। ਤੁਸੀਂ ਸਿਰਫ ਇੱਕ ਗੱਲ ਦੱਸੋ, ਤੁਸੀਂ ਤੁਹਾਨੂੰ ਸਮਾਨ ਨਾਲ ਪਿਆਰ ਹੈ ਕਿ ਮੇਰੇ ਨਾਲ ਪਿਆਰ ਆ? ਯਾਰ ਤੇਰੇ ਨਾਲ ਹੀ ਪਿਆਰ ਆ, ਪਰ ਸਮਾਨ ਵੀ ਜ਼ਰੂਰਤ ਆ ਜ਼ਿੰਦਗੀ ਦੀ। ਯਾਰ ਜ਼ਰੂਰਤ ਦੀ ਜ਼ਿੰਦਗੀ ਤੁਹਾਡੇ ਮਤਲਬ ਤੁਹਾਡੇ ਘਰ 'ਚ ਪਹਿਲੇ ਕਦੀ ਕਿਸੇ ਨੇ ਕੱਪੜੇ ਇਸਤਰੀ ਨਹੀਂ ਕੀਤੇ? ਫਰਿਸ਼ਤੇ ਸੌਂਦੇ ਹੋ ਤੁਸੀਂ, ਤੁਹਾਡੇ ਘਰ ਬਿਸਤਰੇ ਕੋਈ ਨਹੀਂ, ਇੱਕ ਅੱਧੀ ਚਾਦਰ ਮੇਰੇ ਨਾ ਮਿਲੇਗੀ ਤੁਹਾਡੇ ਘਰੋਂ? ਅੱਛਾ ਯਾਨੀ ਤੂੰ ਇਸ ਚੱਕਰ 'ਚ ਵੀ ਜਿਹੜਾ ਸਾਡਾ ਸਮਾਨ ਆ ਇਹ ਤੂੰ ਮਤਲਬ? ਨਹੀਂ ਤੇ ਕੀ ਮਤਲਬ, ਅੱਲਾ ਨੇ ਤੁਹਾਨੂੰ ਸਾਰਾ ਕੁਛ ਦਿੱਤਾ ਤੇ ਹੈ। ਅੱਲਾ ਨੇ ਤੇ ਦਿੱਤਾ ਵਾ, ਤੂੰ ਵੀ ਤੇ ਕੁਛ ਦੇ, ਤੂੰ ਅੱਲਾ ਨੂੰ ਵੇਚਣਾ ਨਾ ਪਾਓ, ਮੇਰਾ ਤੇ ਅੱਲਾ ਦਾ ਮਸਲਾ, ਮੈਨੂੰ ਜਿੰਨਾ ਮਰਜ਼ੀ ਦੇਵੇ, ਤੂੰ ਕੀ ਦੇਣਾ ਮੈਨੂੰ ਇਹ ਦੱਸ। ਅੱਲਾ ਇਕੱਲਾ ਤੁਹਾਡਾ ਨਹੀਂ, ਮੇਰਾ ਵੀ ਅੱਲਾ, ਠੀਕ ਆ? ਤੁਸੀਂ ਜਦੋਂ ਮੇਰੇ ਹੋ ਜਾਣਾ ਸਾਰਾ ਕੁਛ ਮੇਰਾ ਆਪਣਾ ਮੰਗਣਾ। ਉਹ ਭਾਈ ਤੂੰ ਉਹਦੇ ਕੋਲ ਆਪਣਾ ਮੰਗ, ਉਹਨੂੰ ਕਹਿ ਲੈ ਉਹਦੇ ਕੋਲ ਮੈਂ ਆਪਣਾ ਹੀ ਮੰਗਦੀ ਪਈ, ਤੁਸੀਂ ਮੇਰੇ ਹੋ ਹੀ ਜਾਣਾ ਨੇ, ਸਾਰਾ ਕੁਛ ਤੇ ਤੁਸੀਂ ਹੋ ਮੇਰੇ, ਮੇਰੀ ਜ਼ਿੰਦਗੀ, ਮੇਰਾ ਚੈਨ, ਮੇਰਾ ਪੱਖਾ, ਮੇਰਾ ਬੈੱਡ, ਹਰ ਚੀਜ਼ ਤੁਸੀਂ ਹੋ। ਚਲੋ ਠੀਕ ਆ ਜੀ, ਫਿਰ ਕਰ ਲਈ, ਦੇਖ ਲਈ ਕੋਈ ਘਰ ਚ ਹੋਰ ਵੀ ਕੋਈ ਲੀੜਾ ਕੱਪੜਾ ਕੋਈ ਭਾਂਡਾ ਟੁੱਟਾ ਕੋਈ ਛੇਪ ਵਾਲੀ ਡੋਲਣੀ ਪਈ ਹੋਵੇ, ਕੋਈ ਡੋਂਗੇ ਦੀ ਮੁੱਠ ਪੈਣ ਵਾਲੀ ਹੋਵੇ ਉਹ ਵੀ ਨਾਲ ਉਹਦੀ ਡੂੰਡੀ ਜੀ ਲੈ ਪਵਾ ਲਾਂਗੇ, ਕੋਈ ਵਿੰਗੀਆਂ ਚਮਚੀਆਂ ਪਈਆਂ ਹੋਣ ਮੇਰੇ ਕੋਲ ਥੋੜੀ ਹੈਗੀ ਸਿੱਧੀਆਂ ਕਰ ਲਾਂਗੇ, ਜਹੇਜ਼ ਫਿਰ ਹੋਰ ਇਕੱਠਾ ਕਰ ਲੈਣਾ, ਆਂਢੀ ਗੁਆਂਢੀ ਵੀ ਕਿਸੇ ਨੂੰ ਪੁੱਛ ਲਾ, ਤੇਰਾ ਟੋਟਲ ਜਹੇਜ਼ 1,150 ਰੁਪਏ ਦਾ ਹੋਣਾ, ਵੱਡਾ ਰਕਸ਼ਾ ਭਰ ਜਾਣਾ। ਤੁਸੀਂ ਮੈਨੂੰ ਤੁਸੀਂ ਵੀ ਮੈਨੂੰ ਇਜਾਜ਼ਤ ਦੇ ਦਿਓ, ਮੈਂ ਕਿਸੇ ਹੋਰ ਨੂੰ ਫਿਰ ਭੇਜ ਕੇ ਸਮਾਨ, ਰਿਸ਼ਤੇਦਾਰਾਂ ਨੂੰ ਵੀ ਪੁੱਛ ਲਈ, ਕੋਈ ਪੈਪ ਦਾ ਟੋਟਾ ਪਿਆ ਹੋਵੇ ਫੁਟਕ ਦਾ, ਠੀਕ ਹੈ ਨਾ, ਕੋਈ ਕੈਂਚੀ ਟੁੱਟੀ ਅੱਗੋਂ ਪਈ ਹੋਵੇ ਉਹਨੂੰ ਜੜਵਾ ਲਾਂਗੇ, ਠੀਕ ਹੈ ਨਾ, ਕੋਈ ਇੱਦਾਂ ਦੀਆਂ ਚੀਜ਼ਾਂ ਲੱਭ ਲਈ, ਕੋਈ ਪਰਾਤ ਪਈ ਹੋਵੇ ਉਹ 'ਚ ਮੋਰੀ ਹੋਈ ਹੋਵੇ ਉਹਨੂੰ ਟਾਂਕਾ ਲਵਾ ਲਾਂਗੇ ਥੱਲੇ, ਕੋਈ ਚੁੱਲ੍ਹੇ ਦਾ ਪੈਪ ਪਿਛਲਾ ਪਿਆ ਹੋਵੇ 2-4 ਫੁੱਟ ਦਾ, ਚਲੋ ਜੇ ਲੀਕ ਵੀ ਹੋਇਆ ਉੱਥੇ ਟਾਕੀ ਬੰਨ ਲਾਂਗੇ, ਲਿਫਾਫਾ ਬੰਨ ਕੇ ਉੱਧਰ ਧਾਗਾ ਬੰਨ ਲਾਂਗੇ, ਕੋਈ ਕਰਨਾ ਫਿਰ ਤੂੰ ਸਮਾਨ ਹੋਰ ਇਕੱਠਾ ਕਰ, ਕਾਫੀ ਹੈ ਮੇਰਾ ਸੋਹਣਾ। ਨਾਲ ਦਬਾਉਣੀ ਹੋਵੇ ਨਾ ਤੇ ਬੰਦਾ ਟੁੱਟੀਆਂ ਮੰਜੀਆਂ ਤੇ ਟੁੱਟੀਆਂ ਛਾਵਾਂ ਵੀ ਨਹੀਂ ਵੇਖਦਾ, ਸਮਝ ਆਈ, ਦਿਲ ਵੇਖਣਾ ਚਾਹੀਦਾ ਅਗਲੇ ਦਾ। ਚਲੋ ਠੀਕ ਹੈ, ਪਰ ਤੁਹਾਨੂੰ ਕਾਹਦੀ, ਥੋੜਾ ਰੱਬ ਨੇ ਤੁਹਾਡੇ ਤੇ ਰਹਿਮਤ ਕੀਤੀ ਨੀ, ਤੁਸੀਂ ਫਿਰ ਸ਼ੇਖਾਂ ਦੀ ਕਥਾ ਕਰਨ ਲੱਗੇ। ਤੂੰ ਉਸ ਰਹਿਮਤ ਦੇ ਵਿੱਚ ਭਾਈਵਾਲ ਕਿਉਂ ਬਣੀ ਜਾਂਦੀ ਆ, ਤੂੰ ਆਪਣੀ ਰਹਿਮਤ ਕਰ, ਤੂੰ ਮੇਰੀ ਰਹਿਮਤ ਅੱਲ ਤੇਰੀ ਨਜ਼ਰ ਕਿਉਂ ਆ? ਵੀ ਜਦੋਂ ਮੈਂ ਤੁਹਾਡੇ ਨਿਕਾਹ 'ਚ ਆ ਜਾਣਾ ਫਿਰ ਤੁਹਾਡੀ ਤੇ ਮੇਰੀ ਰਹਿਮਤ ਕੋਈ ਲੈਦਾ ਲੈਦਾ ਥੋੜੀ ਹੋਣੀ ਹੈ, ਤੇ ਜਿਨ੍ਹਾਂ ਨੇ ਤੈਨੂੰ ਪਾਲਿਆ 24 ਸਾਲ ਉਹ ਤੈਨੂੰ ਕੋਈ 1-2 ਲੱਖ ਰੁਪਈਆ ਨਹੀਂ ਦੇਣਗੇ? ਤੇ ਕੁਛ ਨਾ ਕੁਛ ਕਰਨਗੇ, ਜਿੰਨੇ ਸਰਦਾ ਬਲਦਾ ਕੁਛ ਨਾ